अफ्रीका ਵਿੱਚ T20 ਮੈਚ ਖੇਡੇ ਜਾ ਰਹੇ ਨੇ ਉਸ ਦੇ ਵਿੱਚ ਪਹਿਲੀ ਵਾਰ ਜੋ ਡੈਬਿਊ ਕੀਤਾ ਹੈ ਉਹ ਹੈ ਮੋਹਾਲੀ ਦੀ ਅਮਨਜੋਤ ਕੌਰ ਔਰ ਪਹਿਲੇ ਮੈਚ ਦੇ ਵਿੱਚ ਹੀ ਅਮਨਜੋਤ ਕੌਰ ਨੇ ਕਮਾਲ ਕਰ ਦਿਖਾਇਆ ਹੈ ਕਿ ਉਹਨਾਂ ਦੇ ਚਰਚੇ ਹੁਣ ਫਿਲਹਾਲ ਸਾਰੇ ਦੁਨੀਆ ਦੇ ਵਿੱਚ ਹੋ ਰਹੇ ਨੇ ਮੋਹਾਲੀ ਦੀ ਇਹ ਲੜਕੀ ਹੈ ਮੋਹਾਲੀ ਦੇ ਵਿੱਚ ਹੀ ਰਹਿੰਦਾ ਹੈ ਪੂਰਾ ਪਰਿਵਾਰ ਜਦਕਿ ਚੰਡੀਗੜ੍ਹ ਨਾਲ ਵੀ ਉਹਨਾਂ ਦਾ ਲਿੰਕ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਕਾਫੀ ਸਾਲ ਉਹਨਾਂ ਨੇ ਪ੍ਰੈਕਟਿਸ ਕੀਤੀ ਹੈ ਫਿਲਹਾਲ ਉਹ ਸਿੱਖਦੇ ਨੇ ਜੋ ਉਹਨਾਂ ਦੀ ਇੱਕ ਅਕੈਡਮੀ ਹੈ ਪੀਰ ਮੁਛਲਾ ਦੇ ਵਿੱਚ ਉੱਥੇ ਸਿੱਖਦੇ ਨੇ ਫਿਲਹਾਲ ਮੈਂ ਉਹਨਾਂ ਦੇ ਪਰਿਵਾਰ ਦੇ ਘਰ ਮਨਾ ਉਹਨਾਂ ਦੇ ਘਰ ਪਹੁੰਚੀ ਹਾਂ ਔਰ ਉਹਨਾਂ ਦੇ ਪਰਿਵਾਰ ਨਾਲ ਆਪ ਗੱਲਬਾਤ ਕਰਕੇ ਜਾਣਾਂਗੇ ਅਮਨਜੋਤ ਕੌਰ ਜੋ ਕਿ ਇਸ ਟਾਈਮ 스타 క్రికెਟਰ ਦੇ ਤੌਰ ਤੇ ਪਹਿਲੇ ਮੈਚ ਹੀ ਮਸ਼ਹੂਰ ਹੋ ਚੁੱਕੀ ਹੈ ਉਹਨਾਂ ਦਾ ਪੂਰਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਉਹਨਾਂ ਤੋਂ ਗੱਲ ਕਰਕੇ ਜਾਣਦੇ ਆ ਕਿ ਕਿਸ ਤਰੀਕੇ ਨਾਲ ਇੰਨੀਆਂ ਐਕਸਪੈਕਟੇਸ਼ਨਸ ਹੀ ਉਹਨਾਂ ਨੂੰ ਅਮਨਜੋਤ ਤੋਂ ਔਰ ਅਮਨਜੋਤ ਨੇ ਪਹਿਲੇ ਮੈਚ ਹੀ ਦਿਖਾ ਦਿੱਤਾ ਕਿ ਉਮੀਦਾਂ ਕਾਫੀਆਂ achchiyan keetiyan ja sakdiyan ne ਉਹਨਾਂ ਤੋਂ ਅਗਲੇ ਜਿਹੜੇ ਮੈਚ ਆਣਗੇ ਜਾਂ ਭਾਰਤੀ ਭਾਰਤੀ ਜਿੰਨੇ ਵੀ ਮੈਚ ਅੱਗੇ ਖੇਡੇ ਜਾਣਗੇ ਜੇਕਰ ਸਿਲੈਕਸ਼ਨ ਹੁੰਦੀ ਹੈ ਤਾਂ ਕਿਸ ਤਰੀਕੇ ਨਾਲ ਉਹਨਾਂ ਦਾ ਅੱਗੇ ਕੰਮ ਰਹੇਗਾ ਫਿਲਹਾਲ ਮੇਰੇ ਨਾਲ ਨੇ ਉਹਨਾਂ ਦੇ ਪਿਤਾ ਜੀ ਭੁਪਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਔਨ ਇਅਰ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਅਮਨਜੋਤ ਨੇ ਬਹੁਤ ਅੱਛਾ ਪਰਫਾਰਮ ਕੀਤਾ ਹੈ ਤੁਹਾਨੂੰ ਵੀ ਮੁਬਾਰਕਾਂ ਹੀ ਠੀਕ ਹੈ ਭੁਪਿੰਦਰ ਜੀ ਤੁਸੀਂ ਕੀ ਕੰਮ ਕਰਦੇ ਹੋ ਔਰ ਥੋੜਾ ਜਿਹੜੀ ਰਿਹائش ਔਰ ਤੁਹਾਡਾ ਕੰਮ ਕੀ ਹੈਗਾ ਵੁਡਨ ਵਰਕ ਸਿਲੈਕਟਰ ਦਾ ਕੰਮ ਕਰਦੇ ਹਾਂ ਕਾਰਪੈਂਟਰ ਹੈ ਜੀ ਸ਼ੁਰੂਆਤ ਤੋਂ ਤੁਹਾਨੂੰ ਵੀ ਬਹੁਤ ਮਿਹਨਤ ਕਰਨੀ ਪਈ ਹੋਏਗੀ ਔਰ ਅਮਨਜੋਤ ਫਿਲਹਾਲ ਲੱਗ ਰਿਹਾ ਤੁਹਾਡਾ ਨਾਮ ਰੋਸ਼ਨ ਕਰ ਰਹੀ ਹੈ ਕੀ ਵਿਚਾਰ ਨੇ ਤੁਹਾਡੀ ਮਿਹਨਤ ਕਰਦੀ ਹੈ ਜੀ ਫਰਕ ਪੈਂਦਾ ਬੰਦੇ ਜੀ ਸ਼ੁਰੂ ਤੋਂ ਹੀ ਅਮਨਜੋਤ ਦਾ ক্রিকেট ਵੱਲ ਰੁਝਾਨ ਰਿਹਾ ਹੈ ਜਾਂ ਸਾਰੇ ਸਾਰੀ ਜਿਹੜੀ ਗੇਮਸ ਉਹਨਾਂ ਚੇਰੇ ਜਦ ਸਕੂਲ ਚ ਪੜ੍ਹਦੀ ਸੀ ਇਹ ਗੇਮ ਤਰ੍ਹਾਂ ਸਾਰੀ ਖੇਡ ਲੈਂਦੀ ਹੌਕੀ ਫੁੱਟਬਾਲ ਬਾਲੀਵੋਲ ক্রিকেট ਵੱਲ ਹੀ ਜਾ ਰਹੀ ਧਿਆਨ ਸੀਗਾ ਜੀ ਇੱਕ ਇਹਨਾਂ ਪੂਰੀ ਲਗਨ ਨਾਲ ਖੇਡਦੀ ਸੀ ਜੀ ਹੁਣ ਕੱਲ ਜਿਸ ਤਰੀਕੇ ਦੀ ਉਹਨਾਂ ਨੇ ਡੈਬਿਊ ਕੀਤਾ ਹੈ ਡੈਬਿਊ ਦੇ ਵਿੱਚ ਹੀ ਜਿਸ ਟਾਈਮ ਇੰਡੀਅਨ ਟੀਮ ਫਸ ਗਈ ਉਸ ਵੇਲੇ ਉਹਨਾਂ ਨੇ ਵੀ ਕਹਿੰਦੇ ਨੇ ਤਿੰਕੇ ਕੋ ਡੁੱਬਤੇ ਦਾ ਸਹਾਰਾ ਉਹ ਵਾਲਾ ਉਹਨਾਂ ਨੇ ਖੇਡ ਕਰਕੇ ਦਿਖਾਇਆ ਹੈ ਤੁਹਾਨੂੰ ਉਮੀਦ ਸੀ ਕਿ ਇਸ ਤਰ੍ਹਾਂ ਦੀ ਪਰਫਾਰਮੈਂਸ ਉਹ ਕਰੇਗੀ ਨਿਮੰਤਾ ਯਾਨੀ ਕਿ ਮੀਤਾ ਹੈਗੀ ਸੀ ਕਿ ਖੇਡਦੀ ਤਾਂ ਵਧੀਆ ਪਰ ਇਹ ਨਹੀਂ ਵੀ ਇੰਨੀ ਨਵਾਂ ਇੱਕ ਕਰ ਚੁਗੀ ਠੀਕ ਹੈ ਜੀ ਮੈਂ ਮੈਂ ਨਾਲ ਉਹਨਾਂ ਦੇ ਮਦਰ ਉਹਨਾਂ ਦੇ ਮਾਤਾ ਜੀ ਉਹਨਾਂ ਤੋਂ ਜਾਣਦੇ ਆ ਕਿ ਜਿਸ ਤਰੀਕੇ ਨਾਲ ਉਹਨੂੰ ਉਮੀਦਾਂ ਨੂੰ ਬੂਰ ਪੈ ਰਿਹਾ ਹੈ ਉਹਨਾਂ ਦਾ ਕੀ ਰਿਐਕਸ਼ਨ ਹੈ ਮੈਂ ਤਾਂ ਬਹੁਤ ਖੁਸ਼ੀ ਹੈ ਕਿ ਉਹ ਗੇਵਦੀ ਮੈਨੂੰ ਇਹ ਸੀ ਕਿ ਜਦੋਂ ਇੰਡੀਆ ਟੀਮ ਚ ਆਏਗੀ ਤੇ ਕੁਝ ਕਰ ਦਿਖਾਏਗੀ ਤੇ ਉਸ ਨੂੰ ਚਾਹੀਆਂ ਤਬਲੀਂ ਜਾਏ ਪਰ ਪਹਿਲੇ ਮੈਚ ਸੀ ਨਾ ਕੁਝ ਮਤਲਬ ਉਮੀਦਾਂ ਹਨਾਈ ਹੋ ਗਿਆ ਨਾ ਹਾਂ ਹੁੰਦਾ ਹੈ ਕਿ ਕੀ ਉਮਰ ਹੈ ਅਮਨਜੋਦੀ ਇਸ ਵੇਲੇ ਉਹਨਾਂ ਦਾ ਕੀ ਰੂਟੀਨ ਰਹਿੰਦਾ ਹੈ ਸਾਰਾ ਦਿਨ ਕੀਵੇਂ ਰਹਿੰਦਾ ਹੈ ਕਿੰਨੀ ਕਿ ਮਿਹਨਤ ਉਹਨਾਂ ਨੇ ਕੀਤੀ ਉਸ ਬਾਰੇ ਦੱਸੋ ਉਹ 22 ਸਾਲ ਦੇ ਹੈਗਾ ਤੇ ਬਾਕੀ ਸਵੇਰੇ ਆਪਣੀ ਡਾਈਟ ਹੈਗੀ ਨਾਰਮਲ ਆਪਣਾ ਪੰਜ ਵੇ ਉੱਠ ਕੇ ਆਪਣਾ ਯਾਤੂ ਰੋਕਿੰਗ ਬੰਦ ਕਰਨਾ ਆਪਣਾ ਕੰਨ ਔਰ ਉਹ ਖੇਡਣ ਕਿਥੇ ਜਾਂਦੀ ਪ੍ਰੈਕਟਿਸ ਕਿਥੇ ਕਰਦੀ ਸੀ ਐ ਨਗੇਸ਼ ਸਰ ਕੋਲ ਹਨ ਉਹ ਕੋਲ ਆਹ ਹਨ ਉਹ ਕੋਲ ਜਾ ਕੇ ਨਗੇਸ਼ ਸਰ ਦੀ ਅਕੈਡਮੀ ਬਾਰੇ ਦੱਸ ਦੋ ਕਿਥੇ ਹੈਗੀ ਉਹ ਉਹਦਾ ਹੈ ਪੀਰ ਮਿਸ਼ਨ ਪੀਰ ਮਿਸ਼ਨ ਬਹੁਤ ਅੱਛੀ ਹੋ ਪਰ ਆਈ ਪੜਾਈ ਵੀ ਕਰ ਰਹੀ ਹੈ ਹਾਂਜੀ ਗ੍ਰੈਜੂਏਸ਼ਨ ਹੋ ਗਈ ਉਹਦੀ ਤੇ ਅੱਗੂ ਸਟੱਡੀ ਵੀ ਕਰ ਰਹੀ ਹੈ ਕੁਕਿੰਗ ਵੀ ਕਰ ਲੈਂਦੀ ਉਹ ਅੱਛਾ ਹਾਂਜੀ ਕਰਦਾ ਹਰੇਕ ਕੰਮ ਆਂਦਾ ਹੈ ਕਿ ਉਹਨਾਂ ਨੇ ਮਿਹਨਤ ਕੀਤੀ ਹੈ ਕਦੇ ਤੁਸੀਂ ਉਹਨਾਂ ਨੂੰ ਕਿਹਾ ਹੋਵੇ ਨਹੀਂ ਤੇ ਜੇ ਨਹੀਂ ਹੋ ਰਿਹਾ ਤੇ ਨਾ ਕਰੀਆ ਹਮੇਸ਼ਾ ਤੁਸੀਂ ਉਹਨੂੰ ਮੋਰਲੀ ਸਪੋਰਟ ਹੀ ਦਿੱਤਾ ਨੇ ਇਸ ਤਰ੍ਹਾਂ ਨਹੀਂ ਨੂੰ ਗਿਆ ਉਹਨੇ ਨਹੀਂ ਹੋਣ ਵਾਲੀ ਗਲਤੀ ਨਹੀਂ ਉਹ ਮੈਂ ਕਰਕੇ ਦਿਖਾਉਂਗੀ ਬਰਸਾਤ ਹੋਵੇ ਚਾਹੇ ਗਰਮੀ ਹੋਵੇ ਉਹਨੇ ਪੱਜ ਕੇ ਜਾਣਾ ਇਹਨਾਂ ਨੇ ਕਹਿੰਦੇ ਨਾ ਬਰਸਾਤ ਹੈ ਬੇਟਾ ਇਹ ਵੇਦਾ ਹੁੰਦਾ ਨਾ ਜੀ ਮੈਂ ਕਿਹਾ ਉਮੀਦਾ ਉੱਥੇ ਹੀ ਪਿਆਰ ਹੈਗਾ ਇਸ ਰਹਿਣ ਦੇ ਉਹ ਨਹੀਂ ਪਾਪਾ ਤੇ ਜਾਂਦੇ ਨੇ ਪਾਣੀ ਗਰਾਊਂਡ ਹੀ ਸਰ ਦਾ ਪਾਣੀ ਖੜਦੇ ਨਹੀਂ ਜਾਂਦੇ ਉੱਤੇ ਬਸ ਪੁੱਜਾ ਕਾਸਤੇ ਮਤਲਬ ਕਨਵਿੰਸ ਕਿਹੜਾ ਯੂਜ਼ ਕਰਦੇ ਸੀ ਜਾਨ ਲੱਗੇ ਉਹ ਜਾਨ ਵੇਲੇ ਉਸ ਨੂੰ ਮੈਂ ਛੱਡ ਕੇ ਅੰਦਾਜ਼ੀ ਆ ਜੀ ਫਿਰ ਐਕਟਿਵ ਵਾਲੇ ਲਿਆ ਜੀ ਫਿਰ ਕੋਈ ਐਕਸੀਡੈਂਟ ਹੋ ਗਿਆ ਸੀ ਜੀ ਫਿਰ ਮੈਂ ਕਿ ਐਕਟਿਵਾ ਤੇ ਨਹੀਂ ਜਾਣਾ ਹੈਗਾ ਤੇ ਆਪਣੇ ਕੋਲ ਗੱਡੀ ਆ ਗਈ pranī oh le jandi. ਤੁਹਾਡਾ ਕਿਧਰ ਨੂੰ ਹੈ ਧਿਆਨ ਮਤਲਬ ਕੀ ਕਰਨਾ ਚਾਹੁੰਦੇ ਹੋ ਤੁਸੀਂ? ਮੈਂ ਕੰਪਿਊਟਰ ਬਾਰੇ ਜੀ ਮੈਂ ਵੈਬ ਡਿਜ਼ਾਈਨਿੰਗ ਬਾਰੇ। ਵੈਬ ਡਿਜ਼ਾਈਨਿੰਗ। ਠੀਕ ਹੈ। ਕਿਦਾਂ ਦਾ ਲੱਗ ਰਿਹਾ ਹੈ ਤੁਹਾਡੀ ਸਿਸਟਰ ਦਾ ਨਾਮ ਰੋਸ਼ਨ ਹੋ ਰਿਹਾ ਤੁਹਾਡੇ ਪਰਿਵਾਰ ਦਾ ਨਾਮ ਰੋਸ਼ਨ ਹੋ ਰਿਹਾ। ਬਹੁਤ ਚੰਗਾ ਲੱਗ ਰਿਹਾ ਜੀ। ਤੇ ਉਹਨਾਂ ਦੇ ਫਰੈਂਡਸ ਦਾ ਵੀ ਆਸਪੜੋਜ਼ਾ ਕੀ ਰਿਐਕਸ਼ਨ ਹੈ? ਆਏ ਆ ਕਰੇ ਵਧਾਈਆਂ ਦੇ। ਹਾਂਜੀ ਉਹ ਬਹੁਤ ਖੁਸ਼ ਨੇ ਜੀ। ਤੇ ਉਹ ਉਹਨੂੰ ਬਹੁਤ ਆਸ਼ੀਰਵਾਦ ਦਿੱਤਾ ਉਹਨਾਂ ਨੇ। ਹਾਂ। ਸੋ ਮੇਰੇ ਨਾਲ ਇਹਨਾਂ ਦੇ ਨੇਬਰ ਅਮਨ ਜੋ ਦੇ ਨੇਬਰ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਜੋ ਰਾਹ ਦਿਖਾਇਆ ਹੈ ਕਿ ਇੱਕ ਇਸ ਕੁੜੀ ਦੇ ਵਿੱਚ ਟੈਲੈਂਟ ਹੈ ਉਸ ਨੂੰ ਪਛਾਣਨ ਵਾਲੇ ਸਭ ਤੋਂ ਪਹਿਲੇ ਉਹ ਕਹਿੰਦੇ ਮੈਂ ਕੋਚਿੰਗ ਤੇ ਨਹੀਂ ਦਿੱਤੀ ਹੈ ਲੇਕਿਨ ਉਸ ਦਾ ਟੈਲੈਂਟ ਪਹਿਚਾਨ ਕੇ ਤੇ ਜਿਹੜੇ ਸਟੇਡੀਅਮਸ ਤੇ ਮੈਂ ਹੀ ਲੈ ਕੇ ਗਿਆ ਉਹ ਮੇਰੇ ਨਾਲ ਨੇ ਸਰ ਤੁਹਾਡਾ ਸਵਾਗਤ ਹੈ ਜੀ ਔਨ 에ਅਰ ਤੇ ਇੱਕ ਵਾਰੀ ਪਹਿਲਾਂ ਆਪਣੀ ਇੰਟਰੋਡਕਸ਼ਨ ਦੇ ਦਿਓ ਕਿਉਂਕਿ ਤੁਸੀਂ ਕਿਹਾ ਤੁਸੀਂ ਵੀ ਕ੍ਰਿਕਟਰ ਰਹੇ ਮੇਰਾ ਨਾਮ ਇੰਦਰਜੀਤ ਮੇਘ ਹੈ ਜੀ ਮੈਂ ਹਰਡਿਟ ਪੰਜਾਬ ਦਾ ਕੈਪਟਨ ਰਹਾ ਹੂੰ ਆਲ ਇੰਡੀਆ ਸਰਸ ਦੇ ਖੇਲਾ ਹੂੰ और अमनजोत तो को यहाँ खेलते हुए देखता था ये क्रिकेट भी खेलती थी फुटबॉल भी हॉकी भी दौड़ दो, भी अच्छी थी थी और ऑलराउंडर है ये है जी इसने अपने जीवन में जब से क्रिकेट शुरू किया, किया है परफॉर्म किया है नाइन्टी नाइन्टी फाइव सिक्स है जी और हर मैच में इसने अपनी परफॉर्मेंस दी है एज ए ऑलराउंडर एंड शी विल सक्सीड इन लाइफ है नी ये मेरी ब्लैसिंग है कि भाई ये इंडिया में इसने अपना चांस बना लिया है पहले मैच में ही इसने अपनी परफॉर्म किया है एंड नाउ शीज़ पक्का इसको मैंने पहले बोला था बेटा तीन मैच खेलोगे तुम्हारी सीट पक्की है और पहले में इसने परफॉर्मेंस दे रही है और मेरे को ऐसे महसूस हो रहा है कि भाई जैसे मेरी अपने परिवार की बेटी जो है मेरे महल्ले की बेटी है है नी तो हमारा बहुत हौसला बड़ा है मेरे हिसाब से वो कैप्टन भी बनेगी सीएटी तो खेड इतना ज्यादा खेल उठ के नहीं आता ने अकेडमी चेंज की बारे हां मैंने इनके पापा को बोला मैं देखिये बची टेलेंटेड है पर यूटी में लीग होने के कारण थोड़े मैच खेलने का टाइम मिलता है इसको किसी अच्छी टीम में डालो रेलवे में ले जाइए पंजाब में या किसी भी इसको शिफ्ट कर दो तो इन्होंने मेरी बात मान ली शिफ्ट किया पंजाब ने लास्ट में से ट्वेंटी वन ट्वेंटी टू में इससे अच्छा परफॉर्मेंस किया और उसी परफॉर्मेंस के बेस पे इसने इंडिया कैंप अटेंड किए और लास्ट आप जो इससे परफॉर्मेंस किया वो इंडिया में सिलेक्शन हुई और हमारे इतनी सरप्राइज हुई कि जैसे हमारी जो मन की इच्छा थी वो पूरी हो गई है जी और मैंने इनको पहले भी प्रेस किया था बेटा तू मतलब इंडिया खेलेगी और मेहनत करो बाकी मेहनत इसकी है ਤੁਸੀਂ ਕਿਹਾ ਕਿ ਹੋਰ ਵੀ ਬਹੁਤ ਬੱਚੇ ਨੇ ਜੋ ਕਿ ਕ੍ਰਿਕਟ ਅੱਛਾ ਖੇਲਦੇ ਨੇ ਇਸ ਮੁਹੱਲੇ ਦੇ ਤੁਹਾਡੇ ਖਾਸ ਕਰ ਮੁਹੱਲੀ ਦਾ ਤੇ ਨਾਮ ਰੋਸ਼ਨ ਹੋਈ ਗਿਆ ਤੁਹਾਡੇ ਏਰੀਆ ਦੇ ਵਿੱਚ ਤੁਸੀਂ ਹੋਰ ਵੀ ਨਜ਼ਰ ਰੱਖੀ ਹੋਏਗੀ ਹੋਰ ਵੀ ਕੋਈ ਐਦਾ ਦੇ ਬੱਚੇ ਨਿਕਲ ਸਕਦੇ ਨੇ ਜੋ ਅਮਨ ਜੋਤ ਵਰਗਾ ਪਰਫਾਰਮ ਕਰ ਸਕਦੇ नहीं नहीं जो बच्चा ठीक से चलेगा और एज ए क्रिकेटर मैं एक एडवाइस करता हूँ कि बॉलर जो है उसको अपने लेंथ पार्ट पे ध्यान रखना है शॉर्ट पिच वगैरह तो वो फुल टॉस नहीं देने हैं दूसरे बैट्समैन जो है उसको अपने ठीक से सिलेक्ट करना है कि भाई कौन सी बॉल मारने वाली है कौन सी खेलने वाली है कौन सी डिफेंस करनी है है नी और स्टेज अब करोगे विकेट पे तो रन्स बनेंगे स्कोर भी बनेगी

ਜਦੋਂ ਵਾਪਸ ਆਏਗੀ ਜਦੋਂ ਵਾਪਸ ਆਏਗੀ ਤੇ ਕੀ ਸੋਚਿਆ ਕੀ ਕਰੋਗੇ ਜੋ ਕੋ ਬਹੁ ਕੋ ਕਹੂ ਜਾਂ ਕੋਈ ਕਹਾਂਗੇ ਜੀ ਅਗੋ ਹੁਣ ਵੀ ਕਰਦੇ ਹੀ ਹੈ ਹਾਂ ਪਰਿਵਾਰ ਦਾ ਪੂਰਾ ਸਾਥ ਰਿਹਾ ਹੈ ਉਹਦੇ ਬਿਲਕੁਲ ਪੂਰਾ ਜੀ ਦਾਦੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਮਨਜੋਤ ਬਾਰੇ ਹਾਂਜੀ ਹਾਂਜੀ ਮੈਂ ਬੜੀ ਖੁਸ਼ ਹਾਂ ਬਾਹਰ ਜਾਂਦੇ ਮੇਰਾ ਬੱਚਾ ਬਾਹਰ ਆ ਸੋ ਇਹ ਇਹ ਨਾ ਇਹ ਵੀ ਪਰਿਵਾਰ ਦੇ ਮੈਂਬਰ ਹੀ ਅਮਨ ਜੋਧੇ ਮੈਂ ਕੈਮਰਾਮੈਨ ਨੂੰ ਕਹੂੰਗੀ ਇਹਨਾਂ ਦਾ ਛੋਟਾ ਜਿਹਾ ਕਿਊਟ ਜਿਹਾ ਇੱਕ ਡੌਗੀ ਹੈ ਜੋ ਅਮਨ ਵੀ ਖਾਸ ਕਰਕੇ ਇਹ ਪੂਰਾ ਪਰਿਵਾਰ ਵੰਗੂ ਹੀ ਰਹਿੰਦਾ ਹੈ ਔਰ ਅਮਨ ਜੋਧ ਵੀ ਬੜਾ ਪਿਆਰ ਕਰਦੀ ਹੈ ਨਾ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਨਾਮ ਦੱਸੋ ਮੇਰਾ ਨਾਮ ਬ੍ਰਿਜਨਿਪ ਸਿੰਘ ਹੈ ਮੈਂ ਉਹਦਾ ਕਜ਼ਨ ਬ੍ਰਦਰ ਹੈ ਤੇ ਫਸਟ ਮੈਚ ਦੇਖਿਆ ਤੇ ਮੈਂ ਸੀਰੀਅਸਲੀ ਕਾਫੀ ਅੱਛਾ ਖੇਡਿਓ ਤੇ ਮੈਨੂੰ ਵੈਸੇ ਵੀ ਉਮੀਦ ਹੈ ਉਹ ਤੋਂ ਕਿ ਉਹ ਬੜਾ ਖੇਡੇ ਅੱਗੇ ਵੀ ਇਨ ਵਿਚੁਅਰੀ ਤੇ ਵੈਸੇ ਵੀ ਉਹਨੇ ਬਹੁਤ ਪ੍ਰੈਕਟਿਸ ਕੀਤੀ ਬਹੁਤ ਹਾਰਡ ਵਰਕ ਕੀਤਾ ਉਹਨੇ ਕੋਈ ਦਿਨ ਨਹੀਂ ਦੇਖਿਆ ਕੋਈ ਸ਼ਾਮ ਨਹੀਂ ਦੇਖੀ ਮਤਲਬ ਕਿ ਉਹਨੇ ਆਪਣੇ ਘਰ ਦੇ ਕੰਮ ਵੀ ਕਰਿਆ ਤੇ ਸਟੱਡੀ ਵੀ ਕਰੀ ਆਪਣੀ ਕੰਟੀਨਿਊ ਵੀ ਕਰੀਆ ਬਾਕੀ ਸਪੋਰਟ ਵੀ ਬੂਰਾ ਹੋਗਾ ਇਹ ਇਨੀ ਛੋਟੀ ਉਮਰ ਦੇ ਵਿੱਚ ਜਿਸ ਤਰ੍ਹਾਂ ਦੀ ਉਹਨਾਂ ਨੇ ਪਰਫਾਰਮੈਂਸ ਦਿੱਤੀ ਹੈ ਤੁਹਾਨੂੰ ਲੱਗਦਾ ਹੈ ਉਹ ਭਾਰਤੀ ਕ੍ਰਿਕਟ ਟੀਮ ਨੂੰ ਵੀ ਬਹੁਤ ਹਾਈ ਹੋਪਸ ਹੋ ਜਾਣਗੇ ਬਿਲਕੁਲ ਜੀ ਬਿਲਕੁਲ ਜਿਹੜਾ ਉਹਦਾ ਫਰਸਟ ਫਰਸਟ ਮੈਚ ਦਾ ਇੰਪ੍ਰੈਸ਼ਨ ਜੀ ਬਹੁਤ ਸਹੀ ਸੀਗਾ ਉਮਾਰਾ ਨੂੰ ਮਤਲਬ ਕਿ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਮੇਰੇ ਨਾਲ ਨੇ ਅਮਨ ਜੋਧੇ ਸਿਸਟਰ ਤੁਹਾਡਾ ਨਾਮ ਮੇਰਾ ਨਾਮ ਕਮਲਜੀਤ ਕੌਰ ਹੈ ਹਾਂਜੀ ਤੁਸੀਂ ਛੋਟੇ ਹੋ ਉਹਨਾਂ ਤੋਂ ਹਾਂਜੀ ਕਿੱਦਾਂ ਦੀ ਪਰਫਾਰਮੈਂਸ ਲੱਗੀ ਤੁਹਾਨੂੰ ਕੋਈ ਮੈਂ ਤਾਂ ਸਾਰਾ ਵੈਸੇ ਦੇਖਿਆ ਦਾ ਦੁਬਾਰਾ ਵੀ ਦੇਖਿਆ ਬਹੁਤ ਅੱਛੀ ਲੱਗੀ ਕਿ ਮਿਹਨਤ ਕਰਦੀ ਹੈ ਤਰੰਗ ਲੈ ਆਈ ਹੈ ਖੁਸ਼ੀ ਹੁੰਦੀ ਹੈ ਕਿੱਦਾਂ ਦੀ ਹਾਈ ਹੋਪਸ ਹੈ ਅੱਗੇ ਵੀ ਉਹਨਾਂ ਤੋਂ ਉਮੀਦ ਹੈ ਅੱਗੇ ਵੀ ਅੱਛਾ ਹੀ ਕਰੇਗੀ ਹਰ ਇੱਕ ਮੈਚ ਅੱਛਾ ਕਰੇ ਔਰ ਕੁਝ ਨਹੀਂ ਦੇਦਾ ਤੁਸੀਂ ਕਿ ਸਾਰਿਤ ਘਦਾਸਰੇ ਕਿ ਬਹੁਤ ਮਿਹਨਤ ਕਰਦੀ ਹੈ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਸ਼ਾਇਦ ਮਿਹਨਤ ਕਰਨੀ ਪਵੇ ਪਰਿਵਾਰ ਦਾ ਕਿੰਨਾ ਸਪੋਰਟ ਰਹੇਗਾ ਸਾਰੇ ਸਪੋਰਟ ਕਰਦੇ ਆ ਪੂਰੇ ਮਹੱਲੇ ਵਾਲੇ ਵੀ ਕਰਦੇ ਆ ਸਾਰਿਆਂ ਦਾ ਇਹਨੂੰ ਸਪੋਰਟ ਹੈਗੀ ਜੋ ਕਰਨਾ ਹੈ ਕਰ ਪੂਰੀ ਮਿਹਨਤ ਕਰ ਆਪਣੀ ਉਹ ਵੀ ਫੇ ਕਰਦੀ ਹੈ ਸਾਰਿਆਂ ਦੀ ਠੀਕ ਹੈ ਚਲੋ ਬੈਸਟ ਆਫ ਲੱਕ ਤੁਹਾਨੂੰ ਸਭ ਨੂੰ ਸੋ ਇਹ ਸਨ ਮੇਰੇ ਨਾਲ ਅਮਨਜੋਤ ਕੌਰ ਦੇ ਕੌਰਦੀ ਫੈਮਿਲੀ اور ਅਮਨਜੋਤ ਨੇ ਬਹੁਤ ਅੱਛਾ ਜਿਹੜਾ ਹੈ ਉਹ ਕੀਤਾ ਹੈ ਪਰਫਾਰਮ ਔਰ ਅਮਨ ਜੋਤੋ ਕਾਫੀ ਸਾਰੀ ਉਮੀਦਾਂ ਹੁਣ ਵੱਧ ਗਈਆਂ ਨੇ ਜਿਸ ਤਰੀਕੇ ਦੀ ਉਹ ਸੀਰੀਜ਼ ਚੱਲ ਰਹੀ ਆ ਹੁਣ ਇਹ ਸੀਰੀਜ਼ ਖਤਮ ਹੋਣ ਤੋਂ ਬਾਅਦ ਤਕਰੀਬਨ ਫਰਵਰੀ ਮਹੀਨੇ ਦੇ ਵਿੱਚ ਉਹ ਇੱਥੇ ਪਹੁੰਚਣਗੇ ਸੋ ਜਿਸ ਤਰੀਕੇ ਦਾ ਉਹ ਪਰਫਾਰਮ ਕਰ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਦੀਆਂ ਨਜ਼ਰਾਂ ਉਹਨਾਂ ਦੇ ਖੇਡਤੇ ਰਹਿਣਗੀਆਂ ਕੈਮਰਾਮੈਨ ਦਰਸ਼ਨ ਸਿੰਘ ਦਰਸ਼ਿਤ ਦਿਨਾਨ ਸ਼ਿਖਾ ਦੁਰਿਆਵ